ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਸਰਦਾਰ ਨਰਿੰਦਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਜਿਹੜੇ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਵਿੱਥ ਬਣਾ ਕੇ ਚੱਲ ਰਹੇ ਆ, ਸੁਖਦੇਵ ਸਿੰਘ ਢੀਂਡਸਾ, ਉਹਨਾਂ ਦਾ ਇੱਕ ਬਿਆਨ ਮੈਨੂੰ ਅੱਖੜਦਾ ਨਜ਼ਰ ਆਇਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਪਾਰਟੀਆਂ 'ਚ ਥੋੜ੍ਹੇ ਬਹੁਤੇ ਮਤਭੇਦ ਜ਼ਰੂਰ ਚੱਲਦੇ ਰਹਿੰਦੇ ਆ, ਸਿਆਸਤ ਵਿੱਚ ਥੋੜ੍ਹੇ ਬਹੁਤੇ ਮਤਭੇਦ ਜ਼ਰੂਰ ਚੱਲਦੇ ਰਹਿੰਦੇ ਆ, ਪਰ ਅਕਾਲੀ ਦਲ ਉਹਨਾਂ ਦੀ ਆਪਣੀ ਪਾਰਟੀ ਆ। ਮੈਂ ਢੀਂਡਸਾ ਸਾਹਿਬ ਨੂੰ ਯਾਦ ਕਰਾਵਾਂ ਕਿ ਢੀਂਡਸਾ ਸਾਹਿਬ, ਤੁਸੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਜੀ 2018 'ਚ, ਕੁਝ ਦਿਨ ਪਹਿਲਾਂ ਤੁਸੀਂ ਬਾਕੀ ਰਹਿੰਦਾ ਜਿਹੜਾ ਗਰੁੱਪ ਲੀਡਰ ਦਾ ਰਾਜ ਸਭਾ 'ਚ, ਉੱਥੋਂ ਵੀ ਅਸਤੀਫਾ ਦਿੱਤਾ ਜੀ, ਤੇ ਉਸ ਤੋਂ ਬਾਅਦ ਭਾਵੇਂ ਅਕਾਲੀ ਦਲ ਤੁਹਾਡੀ ਪਾਰਟੀ ਆ, ਪਰ ਅਕਾਲੀ ਦਲ ਨੇ ਤੁਹਾਨੂੰ ਸ਼ੀਸ਼ਾ ਵਿਖਾ ਕੇ ਕਲੀਅਰ ਕਰਤਾ ਸੀ ਕਿ ਢੀਂਡਸਾ ਸਾਹਿਬ ਹੁਣ ਤੁਸੀਂ ਸਾਡੇ ਨਹੀਂ ਰਹੇ, ਅਸੀਂ ਚਿੱਠੀ ਦੇਤੀ ਹੋਈ ਆ। ਬਿਲਕੁਲ, ਅੱਜ ਢੀਂਡਸਾ ਸਾਹਿਬ ਜਦੋਂ ਇਹ ਗੱਲ ਕਰਦੇ ਆ ਤੇ ਮੈਨੂੰ ਉਹਨਾਂ ਦਾ ਅੰਤਰ ਦਵੰਦ ਤੇ ਉਹਨਾਂ ਦੀ ਦੁਬਦਾ ਜਿਹੜੀ ਸਾਫ਼ ਨਜ਼ਰ ਆਉਂਦੀ ਆ, ਉਹ ਇਹ ਸਿੱਟੇ ਤੇ ਨਹੀਂ ਪਹੁੰਚ ਰਹੇ ਕਿ ਉਹ ਗਲਤ ਕਰ ਰਹੇ ਜਾਂ ਠੀਕ ਕਰ ਰਹੇ ਆ। ਮੈਂ ਤੁਹਾਡੇ ਕੋਲ ਡਿਟੇਲ ਲਊਂਗਾ ਕਿਉਂਕਿ ਤੁਸੀਂ ਨੋਟ ਕੀਤਾ ਹੈ, ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਜਿਹੜਾ ਖੁੱਲ੍ਹਾ ਛੱਡ ਦਿੰਦਾ ਕਿ ਕੀ ਢੀਂਡਸਾ ਸਾਹਿਬ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਦੂਰੀ ਬਣਾਉਂਦੇ ਆ ਜੀ, ਤੇ ਕੀ ਉਹਨਾਂ ਦੇ ਅੰਦਰ ਇਹ ਪੀੜ, ਚਿਰਾਂ ਦੀ ਪੁਰਾਣੀ ਪੀੜ, ਕਸਕ ਜਾਂ ਟੀਸ ਕਹਿ ਲਓ ਕਿਤੇ ਜਿੰਦਾ ਪਈ ਸੀ? ਇਸ ਪੀੜ ਦੀ ਕਿੰਨੀ ਕੁ ਉਮਰ ਹੈ? ਟੀਸ ਜਿੰਦਾ ਪਈ ਸੀ ਕਿ 20 ਸਾਲ ਤੋਂ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਨਾਲੋਂ ਦੂਰ ਰੱਖਿਆ ਗਿਆ? ਬਿਲਕੁਲ, ਗਾਹੇ ਬਗਾਹੇ, ਧਿਆਨ ਬੇਧਿਆਨ ਜਾਂ ਜਾਣੇ ਅਣਜਾਣੇ 'ਚ ਉਹਨਾਂ ਨੂੰ ਕੇਂਦਰ ਦੀ ਰਾਜਨੀਤੀ 'ਚ ਰੱਖਿਆ ਗਿਆ। ਬਿਲਕੁਲ ਠੀਕ ਹੈ। 3-4 ਵੱਡੇ ਚਿਹਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੜਿਕਦੇ ਰਹੇ, ਚੱਲਦੇ ਰਹੇ, ਇਕੱਠੇ ਉਹਦੇ ਸੰਗੀ ਸਹਿਯੋਗੀ ਰਹੇ, ਲੇਕਿਨ ਕਈ ਵਾਰੀ ਸਿਆਸਤ ਵਿੱਚ ਇੰਝ ਹੁੰਦਾ ਹੈ ਕਿ ਵੱਡੇ ਲੀਡਰ ਇਹ ਮਹਿਸੂਸ ਕਰਦੇ ਆ ਕਿ ਇਕੱਠੇ ਚੱਲਦੇ ਆ, ਕਦੇ ਜਿੱਦਾਂ ਆਪਣੇ IAS ਅਫਸਰ ਹੈ ਕਿ ਇੱਕ DGP ਬਣ ਗਿਆ ਜਾਂ ਚੀਫ ਸੈਕਟਰੀ, ਦੂਜਾ ਕਹਿੰਦਾ ਮੇਰੀ ਵਾਰੀ ਆ, ਇਹ ਭਾਵੇਂ 2 ਮਹੀਨਿਆਂ ਲਈ ਆਵੇ। ਬਿਲਕੁਲ ਠੀਕ। ਸੋ ਕਿਤੇ ਢੀਂਡਸਾ ਹੌਲੀ ਦੇਣੇ ਪੰਜਾਬ ਦੀ ਸਿਆਸਤ ਤੋਂ ਬਾਹਰ ਕੀਤੇ ਗਏ, ਉਹਨਾਂ ਨੂੰ ਇੰਝ ਮਹਿਸੂਸ ਹੁੰਦਾ ਹੋਵੇ ਜੀ, ਤਾਂ ਕਿ ਪਰਿਵਾਰਕ ਵਿਰਾਸਤ ਸੁਖਬੀਰ ਸਿੰਘ ਬਾਦਲ ਨੂੰ ਅਸ਼ੋਪਲੇ ਸੌਂਪੀ ਜਾ ਸਕੇ ਔਰ ਹਰੇਕ ਧਿਰ ਨੂੰ ਥਾਂ ਪਰ ਥਾਂ ਸੈੱਟ ਕੀਤਾ ਜਾ ਸਕੇ। ਜੇ ਇਸ ਦਰਦ ਨੂੰ ਅੰਦਰ ਜਿੰਦਾ ਰੱਖ ਕੇ ਸੁਖਦੇਵ ਸਿੰਘ ਢੀਂਡਸਾ ਇਸ ਮੌਕੇ ਤੇ ਆ ਕੇ ਅਕਾਲੀ ਦਲ ਨਾਲੋਂ ਡਿਸਟੈਂਸ ਬਣਾ ਕੇ ਚੱਲਦੇ ਆ, ਤੇ ਫਿਰ ਇਹ ਸਮਝ ਆਉਣਾ ਬਣਦਾ ਹੈ ਕਿ ਅੱਜ ਦੀ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਪੰਜਾਬੀ ਦੀ ਇੱਕ ਅਖਬਾਰ ਦੇ ਪੱਤਰਕਾਰ ਨੂੰ ਜੀ, ਉਹਦੇ ਕੀ ਅਰਥ ਲਏ ਜਾਣ ਕਿ ਢੀਂਡਸਾ ਸਾਹਿਬ ਅਜੇ ਵੀ ਕਿਤੇ ਵੱਡੀ ਦੁਬਦਾ 'ਚ ਫਸੇ ਹੋਏ ਆ, ਅਜੇ ਵੀ ਕਿਤੇ ਉਹਨਾਂ ਦੇ ਅੰਦਰ ਇਹ ਫੈਸਲਾ ਕਰਨ ਦੀ ਸਮਰੱਥਾ ਨਹੀਂ ਆ ਰਹੀ ਕਿ ਉਹ ਅਕਾਲੀ ਦਲ ਵਰਗੀ ਜਮਾਤ, ਕਿਉਂਕਿ ਤੁਸੀਂ ਮੈਨੂੰ ਦੱਸੋਗੇ ਹੁਣੇ ਕਿ ਉਹਨਾਂ ਜਨਮ ਉਹਨਾਂ ਦਾ ਕਦੋਂ ਹੁੰਦਾ, ਤੇ ਮੇਰੇ ਖਿਆਲ 36 ਦੀ ਉਮਰ 'ਚ ਤੁਸੀਂ ਦੱਸ ਰਹੇ ਸੀਗੇ ਕਿ ਉਹ 1900 ਬਣ ਜਾਂਦੇ। 1936 ਦਾ ਉਹਨਾਂ ਦਾ ਜਨਮ ਹੈ ਜੀ, 1972 'ਚ ਪਹਿਲੀ ਵਾਰੀ ਉਹ MLA ਬਣਦੇ ਨੇ। ਮੈਂ 1974 ਦੇ ਵਿੱਚ ਪੈਦਾ ਹੁੰਦਾ ਔਰ ਇਹ ਮੇਰੇ ਜੰਮਣ ਤੋਂ ਪਹਿਲਾਂ ਦੇ ਪੋਲੀਟਿਕਸ ਵਿੱਚ ਆ। ਸਾਡੀ ਹੋਂਦ ਹਸਤੀ ਤਾਂ ਕੋਈ ਨਹੀਂ ਕਿ ਅਸੀਂ ਕਿੰਤੂ ਕਰ ਸਕੀਏ, ਲੇਕਿਨ ਜਦੋਂ ਅਸੀਂ ਕੈਮਰੇ ਮੂਹਰੇ ਬਹਿੰਦੇ ਹਾਂ ਤੇ ਸਾਡਾ ਮੁਕੰਮਲ ਪੜਚੋਲ ਕਰਨਾ ਡਿਊਟੀ ਬਣਦਾ ਕਿਸੇ ਵੀ ਮੁੱਦੇ ਨੂੰ। ਬਿਲਕੁਲ, ਅੱਗੇ ਦੱਸਿਓ। ਔਰ 1972 ਤੋਂ ਲੈ ਕੇ 1985 ਤੱਕ ਜੀ, ਇਹ 4 ਵਾਰ ਨਿਰੰਤਰ ਪੰਜਾਬ ਵਿਧਾਨ ਸਭਾ 'ਤੇ ਕਾਬਜ਼ ਰਹਿੰਦੇ ਨੇ ਜੀ। ਉਹਦੇ ਤੋਂ ਬਾਅਦ 1998 ਦੇ ਵਿੱਚ ਇਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾਂਦਾ ਜਦੋਂ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਬਣਦੇ ਨੇ ਜੀ। 2000 ਦੇ ਵਿੱਚ ਇਹਨਾਂ ਨੂੰ ਬਕਾਇਦਾ ਕੈਮੀਕਲ ਅਤੇ ਫਰਟੀਲਾਈਜ਼ਰ ਮਿਨਿਸਟਰ ਆਇਆ ਜਾਂਦਾ, ਵੱਡਾ ਮਹਿਕਮਾ ਸੀ, ਵਜ਼ੀਰ ਵੱਡਾ ਮਹਿਕਮਾ, ਵੱਡੇ ਮਹਿਕਮੇ ਨਾਲ ਨਵਾਜਿਆ ਜਾਂਦਾ ਜੀ। ਹੁਣ ਸਵਾਲ ਸਿਰਫ ਇਹ ਆ ਕਿ ਦੋ ਵੱਖ ਵੱਖ ਜਿਹੜੇ ਸਮੇਂ ਨੇ ਮੇਰੇ ਸਾਹਮਣੇ ਨੇ ਜੀ, ਇੱਕ 1972 ਤੋਂ ਲੈ ਕੇ 1998 ਤੱਕ ਦਾ ਪੰਜਾਬ ਦੀ ਸਿਆਸਤ ਵਾਲਾ। ਬਿਲਕੁਲ, 26 ਸਾਲ ਮੂੰਹ ਨਾਲ ਕਿਹੜੇ ਬਣਦੇ ਆ ਜੀ, 26 ਨਾ ਕਹੋ 25 ਕਹੋ, ਕਿਉਂਕਿ ਕਈ ਜਗ੍ਹਾ 'ਤੇ ਲਿਖਿਆ ਕਿ ਇਹ 1973 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 'ਚ ਜਾਂ ਜਿਹਨੂੰ ਹੁਣ ਬਾਦਲ ਦਲ ਕਹਿੰਦੇ ਉਹਦੇ 'ਚ ਸ਼ਾਮਿਲ ਹੁੰਦੇ ਨੇ ਜੀ। ਅਗਰ ਉਹ ਸਮਾਂ 25 ਸਾਲ ਦਾ ਮੰਨ ਲਿਆ ਜਾਵੇ ਤਾਂ ਉਹਦੇ ਤੋਂ ਬਾਅਦ 1998 ਤੋਂ ਲੈ ਕੇ ਇਹ 2004 ਤੱਕ ਜਿਹੜੀ ਸਰਕਾਰ ਰਹਿੰਦੀ ਆ 6 ਸਾਲ, ਉਹ ਨੇ ਇਹ ਬਕਾਇਦਾ 4 ਸਾਲ ਮੰਤਰੀ ਵੀ ਰਹਿ ਜਾਂਦੇ ਨੇ। ਲੇਕਿਨ 2018 ਦੇ ਵਿੱਚ ਜਾ ਕੇ ਇਹ ਕਹਿੰਦੇ ਨੇ ਕਿ ਨਹੀਂ ਜੀ। ਲੇਕਿਨ ਇਸੇ ਸਮੇਂ ਦੌਰਾਨ ਇਹਨਾਂ ਦੇ ਜਿਹੜੇ ਆਪਣੇ ਬੇਟੇ ਨੇ ਪਰਮਿੰਦਰ ਸਿੰਘ ਢੀਂਡਸਾ ਜੀ, ਉਹ ਪੰਜਾਬ ਦੇ ਵਿੱਚ ਆਉਂਦੇ ਨੇ, ਮੰਤਰੀ ਬਣਦੇ ਨੇ, ਇੱਕ ਵਾਰ ਮੰਤਰੀ ਬਣਦੇ ਨੇ, ਦੂਜੀ ਵਾਰੀ ਉਹ ਇਸ ਵੇਲੇ MLA ਨੇ। ਸਵਾਲ ਤੁਸੀਂ ਬਹੁਤ ਸੋਹਣਾ ਛੱਡਤਾ ਕਿ ਇੰਨੇ ਵੱਡੇ ਸਿਆਸੀ ਜੀਵਨ ਅਤੇ ਇੰਨੀਆਂ ਅਹੁਦੇਦਾਰੀਆਂ, ਪ੍ਰਾਪਤੀਆਂ ਕਹਿ ਲਓ ਜਾਂ ਮਿਲੀਆਂ ਹੋਈਆਂ, ਨਵਾਜੀਆਂ ਹੋਈਆਂ, ਦੇਖੋ ਤੁਸੀਂ ਤੇ ਪ੍ਰਾਪਤੀਆਂ ਗਿਣੋਗੇ, ਅਹੁਦੇਦਾਰੀਆਂ ਹੰਡਾਉਣ ਤੋਂ ਬਾਅਦ। ਬਿਲਕੁਲ, ਜੇਕਰ
ਅਜੇ ਵੀ ਤਸੱਲੀ ਨਹੀਂ ਹੋ ਰਹੀ, ਇਹਦਾ ਮਤਲਬ ਆ ਕਿ ਉਹ ਪੰਜਾਬ ਦੇ ਵਿੱਚ ਕੋਈ ਵੱਡੀ ਭੂਮਿਕਾ ਨਿਭਾਉਣਾ ਚਾਹੁੰਦੇ ਸੀ? ਬਿਲਕੁਲ, ਉਹਨਾਂ ਨੂੰ ਉਸ ਵੱਡੀ ਭੂਮਿਕਾ ਤੋਂ ਵਿਰਵੇ ਰੱਖਿਆ ਗਿਆ ਜੀ, ਭਾਵੇਂ ਸਿਹਤ ਦਾ ਬਹਾਨਾ ਬਣਾ ਕੇ ਹੀ, ਲੇਕਿਨ ਜਿਹੜਾ ਤੌਰ ਤਰੀਕਾ ਸੀ ਉਹਦੇ ਤੋਂ ਇੰਝ ਲੱਗਦਾ ਸੀ ਕਿ ਉਹ ਅਕਾਲੀ ਦਲ ਨਾਲ ਤੇ ਇਹਦੀ ਲੀਡਰਸ਼ਿਪ ਨਾਲ ਸਖ਼ਤ ਨਾਰਾਜ਼ ਨੇ। ਬਿਲਕੁਲ, ਜਦੋਂ ਉਹਨਾਂ ਨੇ ਜਦੋਂ ਬ੍ਰਹਮਪੁਰਾ ਸਿੱਖ ਮਾਜ ਨਾਲ ਆ ਲੋਕ ਨਿਕਲ ਜਾਂਦੇ ਆ ਇਹ ਬਾਅਦ ਚੋਂ, ਲੇਕਿਨ ਇਹ ਇਹ ਬ੍ਰਹਮਪੁਰਾ ਤੇ ਸੇਖਵਾਂ ਦੇ ਮਾਰਗਦਰਸ਼ਕ ਬਣਦੇ ਨੇ, ਉਹ ਇਹਨਾਂ ਤੋਂ ਬਾਅਦ ਚ ਅਸਤੀਫਾ ਦਿੰਦੇ। ਮੈਂ ਕਿਹਾ ਇਹ ਪਹਿਲਾਂ ਅਸਤੀਫਾ ਦਿੰਦੇ ਨੇ, ਹਾਂ ਇਹ ਸਿਹਤ ਕਾਰਨਾਂ ਕਰਕੇ ਦਿੰਦੇ ਆ। ਬਿਲਕੁਲ, ਲੇਕਿਨ ਉਹ ਤਾਂ ਜਿੱਦਾਂ ਬ੍ਰਹਮਪੁਰੇ ਦੀ ਭਾਸ਼ਾ ਸੀ ਵਿਚਾਰਧਾਰਕ, ਹਾਂ ਵਖਰੇਵਾਂ, ਜਿਹੜੀ ਅੱਜ ਦੇ ਦਿਨ ਦੇ ਵਿੱਚ ਸਥਿਤੀ ਸੀ ਇਹ 18 ਚ ਵੀ ਇਹੀ ਸੀ। ਬਿਲਕੁਲ, ਉਦੋਂ ਵੀ ਸਿਹਤ ਕਾਰਨ ਸੀ, ਅੱਜ ਵੀ ਸਿਹਤ ਕਾਰਨ ਹੈ ਜੀ। ਅੱਜ ਵੀ ਅਕਾਲੀ ਦਲ ਨਾਲ ਉਹ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ, ਦੂਰੀ ਬਣਾਈ ਜਾ ਰਹੀ ਹੈ, ਨਾਲ ਕਿਹਾ ਜਾ ਰਿਹਾ ਕਿ ਮੇਰੀ ਪਾਰਟੀ। ਬਿਲਕੁਲ, ਹੁਣ ਇਹ ਬੜੇ ਸਾਰੇ ਸਵਾਲ ਨੇ, ਇੱਕ ਦੁਬਧਾ ਲੋਕਾਂ ਦੇ ਮਨਾਂ 'ਚ ਵੀ ਪੈਣ ਵਾਲੀ ਗੱਲ ਆ। ਸੋ ਢੀਂਡਸਾ ਸਾਹਿਬ ਨੂੰ ਪਰਸਨਲੀ ਐਡਰੈਸ ਕਰਨਾ ਏਡਾ ਕੋਈ ਸਾਡਾ ਮਕਸਦ ਨਹੀਂ ਸੀ ਜੀ, ਕਿਉਂਕਿ ਹਾਲਾਤ ਇਸ ਦੇ ਆ ਕਿ ਇੱਕ ਬੰਨੇ ਬੀਜੇਪੀ ਨਾਲ ਨੇੜਤਾ ਢੀਂਡਸਾ ਸਾਹਿਬ ਦੀ, ਇੱਕ ਬੰਨੇ ਅਕਾਲੀ ਦਲ ਉਹਨਾਂ ਦਾ ਆਪਣਾ, ਇੱਕ ਪਾਸੇ ਪਦਮ ਭੂਸ਼ਣ ਨੇ ਉਹ, ਇਹ ਰਾਸ਼ਟਰ ਦਾ ਮਾਣ ਨੇ। ਬਿਲਕੁਲ, ਲੇਕਿਨ ਇੱਕ ਪਾਸੇ ਉਹ ਹੋਰ ਵੱਡੀ ਭੂਮਿਕਾ ਲਈ ਤਿਆਰ ਵੀ ਬੈਠੇ ਨੇ। ਬਿਲਕੁਲ, ਅੱਜ ਦੇ ਦਿਨ 'ਚ ਉਹਨਾਂ ਨੂੰ ਪ੍ਰਸਤਾਵ ਆਉਂਦਾ ਤੇ ਉਹ ਸਵੀਕਾਰ ਕਰਨਗੇ। ਬਿਲਕੁਲ, ਹੁਣ ਅੱਗੇ ਗੱਲ ਖੜੀ ਹੁੰਦੀ ਹੈ ਕਿ ਢੀਂਡਸਾ ਸਾਹਿਬ ਇਹ ਜ਼ਰੂਰ ਕਲੈਰਿਟੀ ਕਰ ਦਿਓ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਤੁਹਾਡੀ ਦੂਰੀ ਕੋਈ ਪਰਸਨਲ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੰਜਾਬ ਦੀ ਸਿਆਸਤ ਤੋਂ ਜਾਣ ਬੁੱਝ ਕੇ ਕਿਨਾਰੇ ਕੀਤਾ ਗਿਆ, ਅਜੇ ਉਹ ਤਕਲੀਫ ਹੈ, ਜਾਂ ਜੇ ਜਿਹੜੇ ਵਿਚਾਰਧਾਰਕ ਮਤਭੇਦਾਂ ਦੀ ਸਿਆਸਤ ਵਿੱਚ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਜ਼ਾਹਰ ਤਾਂ ਕਰ ਦਿਓ ਬਈ ਕਿੰਨਾ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨਾਲ ਤੁਹਾਡੀ ਸਹਿਮਤੀ ਨਹੀਂ, ਜਿੰਨਾ ਤੁਸੀਂ ਸਿਹਤ ਦਾ ਬਹਾਨਾ ਬਣਾ ਕੇ ਬਾਹਰ ਨਿਕਲੇ ਹੋ, ਤੁਸੀਂ ਵਿਚਾਰਧਾਰਕ ਮਤਭੇਦਾਂ ਬਾਰੇ ਕਹਿ ਕੇ ਨਹੀਂ ਨਿਕਲੇ, ਔਰ ਨਾ ਤੁਸੀਂ ਅੱਜ ਉਹਨਾਂ ਨੂੰ ਐਕਸਪਲੇਨ ਕਰ ਰਹੇ ਹੋ, ਪ੍ਰਭਾਸ਼ਿਤ ਕਰ ਰਹੇ ਹੋ ਕਿ ਇੱਥੇ ਇੱਥੇ ਮਤਭੇਦ ਸੀ ਇਸ ਕਰਕੇ ਮੈਂ ਬਾਹਰ ਬੈਠਾ ਹੋਇਆ ਜੀ। ਇਹ ਕਈ ਸਵਾਲ ਨੇ। ਹਾਂ, ਇੱਕ ਚੀਜ਼ ਜ਼ਰੂਰੀ ਬਣਦੀ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਇਲੈਕਸ਼ਨ ਲੜਦੇ ਆ ਢੀਂਡਸਾ ਸਾਹਿਬ ਦੀ ਸਹਿਮਤੀ ਤੋਂ ਬਿਨਾਂ। ਬਿਲਕੁਲ, ਲੇਕਿਨ ਹੁਣ ਜਦੋਂ ਉਹ ਉਹਨਾਂ ਨੂੰ ਸਟਾਰ ਪ੍ਰਚਾਰਕ ਨਹੀਂ ਬਣਾਇਆ ਜਾਂਦਾ ਔਰ ਉਸ ਤੋਂ ਬਾਅਦ ਢੀਂਡਸਾ ਸਾਹਿਬ ਗਰੁੱਪ ਲੀਡਰ ਤੋਂ ਅਸਤੀਫਾ ਦਿੰਦੇ ਆ, ਤੇ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਚਿੱਠੀ ਸਾਹਮਣੇ ਪ੍ਰਸਤੁਤ ਪੇਸ਼ ਕਰ ਦਿੰਦਾ ਕਿ ਅਸੀਂ ਤਾਂ ਪਹਿਲਾਂ ਹੀ ਲਿਖਤੀ ਸੀ, ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦਾ ਅੱਜ ਤੱਕ ਇੱਕ ਵੀ ਬਿਆਨ ਨਹੀਂ ਆਇਆ। ਕੀ ਹੁਣ ਪਰਿਵਾਰਕ ਤੌਰ 'ਤੇ ਇਹ ਮੰਨ ਲਿਆ ਜਾਵੇ ਕਿ ਅਕਾਲੀ ਦਲ ਨਾਲੋਂ ਦੂਰੀ ਆ ਬਾਦਲ ਨਾਲੋਂ, ਪਰਿਵਾਰ ਨਾਲੋਂ, ਜਾਂ ਤੁਸੀਂ ਕਿਸੇ ਹੋਰ ਲੀਕ 'ਤੇ ਚੱਲਣਾ ਚਾਹ ਰਹੇ ਹੋ ਕਿ ਸਮਾਨਾਂਤਰ ਜਦੋਂ ਜਿਹੜੇ ਜਿਹੜੇ ਲੋਕ ਨਾਰਾਜ਼ ਹੋਣਗੇ ਉਹ ਢੀਂਡਸਾ ਸਾਹਿਬ ਦੀ ਕੋਠੀ ਜਾ ਕੇ ਵਿਚਾਰ ਵਟਾਂਦਰਾ ਕਰਾਇਆ ਕਰਨਗੇ, ਜਿਵੇਂ ਜ਼ਿਕਰ ਹੈ ਕਿ ਕੱਲ੍ਹ ਸੇਖਵਾਂ ਸਾਹਿਬ ਜਾਏ ਜੀ ਜੀ ਜੀ। ਇਹ ਸਾਰੇ ਸਵਾਲ ਖੜੇ ਆ ਕਿ ਸੁਖਦੇਵ ਸਿੰਘ ਢੀਂਡਸਾ ਕਿੰਨਾ ਪਰਿਸਥਿਤੀਆਂ ਨੂੰ ਫੇਸ ਕਰ ਰਹੇ ਆ, ਕਿੰਨਾ ਹਾਲਾਤਾਂ ਨੂੰ ਉਹ ਅਗਲੇ ਦਿਨਾਂ 'ਚ ਆਉਂਦੇ ਵੇਖ ਰਹੇ ਆ, ਕਿਹੜੀ ਬੇੜੀ ਦੇ ਵਿੱਚ ਉਹ ਸਵਾਰ ਹੋਣਾ ਚਾਹੁੰਦੇ ਆ, ਜਾਂ ਉਹ ਸਾਡੇ ਵਰਗੇ ਲੋਕਾਂ ਵਾਂਗ ਦੂਰੋਂ ਰਹਿ ਕੇ ਸਿਆਸਤ ਦਾ ਮੁਲਾਂਕਣ ਕਰਨਾ ਚਾਹੁੰਦੇ ਆ, ਔਰ ਇਹਦੇ 'ਚ ਤੁਸੀਂ ਕੁਝ ਅੰਕੜਾ ਲੈ ਕੇ ਸੀ? ਉਹਦੇ 'ਚ ਇੱਕ ਸਵਾਲ ਜ਼ਰੂਰ ਢੀਂਡਸਾ ਸਾਹਿਬ ਨੂੰ ਹੋਰ ਪੁੱਛਣ ਲੱਗਾ ਜੀ ਕਿ ਢੀਂਡਸਾ ਸਾਹਿਬ ਤੁਹਾਡੇ ਨਾਲ ਦੇ ਜਿਹੜੇ ਸਾਥੀ ਤੁਹਾਡੇ ਹਮ ਉਮਰ ਜੀ, ਕਿਉਂਕਿ ਮਾਫ ਕਰਨਾ ਇਸ ਵੇਲੇ 83 ਸਾਲ ਨੇ ਜੀ ਦੇ ਢੀਂਡਸਾ ਸਾਹਿਬ ਨੇ, ਉਹਨਾਂ ਦੇ ਜਿਹੜੇ ਹਮ ਉਮਰ ਨੇ, ਚਾਹੇ ਬਲਵਿੰਦਰ ਸਿੰਘ ਭੂੰਦੜ ਹੋਣ ਜੀ ਅਤੇ ਚਾਹੇ ਕੋਈ ਹੋਰ ਹੋਵੇ ਜੀ, ਉਹਨਾਂ ਉਹ ਸਾਰੇ ਇਸ ਵੇਲੇ ਸਕੱਤਰ ਜਨਰਲ ਦਾ ਅਹੁਦਾ ਹੀ ਮਾਣ ਰਹੇ ਨੇ ਜੀ। ਨਹੀਂ ਨਹੀਂ, ਜਨਰਲ ਸਕੱਤਰ ਦਾ, ਉਹ ਜਨਰਲ ਸਕੱਤਰ ਨੇ, ਲੇਕਿਨ ਢੀਂਡਸਾ ਸਾਹਿਬ ਕੋ ਸਕੱਤਰ ਜਨਰਲ ਦਾ ਅਹੁਦਾ ਸੀ? ਸਕੱਤਰ ਜਨਰਲ ਦਾ ਅਹੁਦਾ ਜਿਹੜਾ ਜਨਰਲ ਸਕੱਤਰ ਤੋਂ ਉੱਪਰ ਹੁੰਦਾ। ਮੇਰਾ ਮਤਲਬ ਹੈ ਕਿ ਇੱਕ ਹੀ ਪ੍ਰਧਾਨ, ਇੱਕ ਹੀ ਸਕੱਤਰ ਜਨਰਲ। ਬਿਲਕੁਲ, ਇਹਦਾ ਮਤਲਬ ਢੀਂਡਸਾ ਸਾਹਿਬ ਨੂੰ ਪ੍ਰਧਾਨ ਸਾਹਿਬ ਤੋਂ ਬਾਅਦ ਦੂਜੀ ਪਦਵੀ ਸਦਾ ਮਿਲੀ। ਲੇਕਿਨ ਮੈਂ ਜਿਹੜਾ ਸਵਾਲ ਮੈਂ ਕਰਨ ਲੱਗਾ ਜੀ ਕਿ ਢੀਂਡਸਾ ਸਾਹਿਬ ਅਗਰ ਕੋਈ ਪਾਰਟੀ 'ਚ ਵਿਚਾਰਧਾਰਕ ਵਖਰੇਵਾਂ ਸੀ, ਅਤੇ 2008 ਦੇ ਵਿੱਚ ਇੱਕ ਐਸਾ ਮੌਕਾ ਆਉਂਦਾ ਜਦੋਂ ਪਾਰਟੀ ਵਿੱਚ ਤੁਹਾਡੇ ਵਰਗੇ ਸੀਨੀਅਰ ਆਗੂ ਨੂੰ ਪਿਛਾਂ ਰੱਖ ਕੇ ਇੱਕ ਨੌਜਵਾਨ ਨੂੰ ਪ੍ਰਧਾਨ ਬਣਾਤਾ ਜਾਂਦਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਾਤਾ ਜਾਂਦਾ ਜੀ, ਜਿਹੜੇ ਕਿ ਸੰਯੋਗ ਵਸ ਮੁੱਖ ਮੰਤਰੀ ਪੰਜਾਬ ਅਤੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਦੇ ਪੁੱਤਰ ਨੇ, ਉਹਨਾਂ ਦਾ ਪਾਰਟੀ ਵਿੱਚ ਤਜ਼ਰਬਾ, ਪ੍ਰਬੰਧ ਦੇ ਵਿੱਚ ਤਜ਼ਰਬਾ, ਸਿਆਸਤ ਵਿੱਚ ਤਜ਼ਰਬਾ ਤੁਹਾਡੇ ਤੋਂ ਕਈ ਗੁਣਾ ਘੱਟ ਹੈ। ਇਹ ਇੱਕ ਚੀਜ਼ ਹੋਰ ਨਾਲ ਉਹ ਵੀ ਜੋੜ ਲਿਓ, ਫਿਰ ਅਗਲੀ ਗੱਲ ਕਰਿਓ ਜੀ, ਕਿ ਉਸੇ ਹੀ ਪ੍ਰਧਾਨ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਇੰਨੀ ਤਸੱਲੀ ਨਹੀਂ ਹੁੰਦੀ ਕਿ ਉਹਨੂੰ ਫਿਰ ਡਿਪਟੀ ਸੀਐਮ ਬਣਾਇਆ ਜਾਂਦਾ। ਮੈਂ ਉਹੀ ਗੱਲ ਕਰਨ ਲੱਗਾ ਕਿ ਉਸ ਸ਼ਖਸ ਨੂੰ ਜਦੋਂ ਦੋ ਰੁਤਬੇ ਦਿੱਤੇ ਜਾਂਦੇ ਨੇ 2008 ਦੇ ਵਿੱਚ ਜੀ, ਅਤੇ ਤੁਸੀਂ ਚੁੱਪ ਕਰਕੇ, ਜਿਹਨੂੰ ਪੰਜਾਬੀ 'ਚ ਕਹਿੰਦੇ ਭਾਣਾ ਮੰਨਣ ਵਾਲੀ ਗੱਲ ਹੈ, ਤੁਸੀਂ ਕਦੇ ਵੀ ਸਾਧ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਏ ਜਾਣ
ਜਾਂ ਡਿਪਟੀ ਮੁੱਖ ਮੰਤਰੀ ਬਣਾਏ ਜਾਣ 'ਤੇ ਕੋਈ ਇਤਰਾਜ਼ ਨਹੀਂ ਉਠਾਇਆ। ਔਰ ਕੀ ਜੇਕਰ ਤੁਸੀਂ ਸਹੀ ਮੌਕੇ ਦੀ ਉਡੀਕ ਕਰਦੇ ਰਹੇ ਤੇ ਤੁਸੀਂ ਅੱਜ ਸਮਝਦੇ ਹੋ ਕਿ ਅਕਾਲੀ ਦਲ ਦੀ ਸਥਿਤੀ ਇਹ ਆ ਕਿ ਹੁਣ ਥੋੜ੍ਹਾ ਜਿਹਾ ਰੋਸ ਜ਼ਾਹਰ ਕਰ ਲਿਆ ਜਾਵੇ ਤੇ ਮੇਰਾ ਖਿਆਲ ਆ ਕਿ ਇਹ ਵੀ ਇੱਕ ਮੌਕਾ ਪ੍ਰਸਤੀ ਹੈ। ਜਾਂ ਦੂਜਾ ਪਹਿਲੂ ਆ ਕਿ ਜਾਂ ਫਿਰ ਜੇ ਤੁਸੀਂ ਪੰਜਾਬ ਨੂੰ ਮਰਦਾ ਵੇਖ ਕੇ ਪੰਜਾਬ ਦੇ ਹਾਲਾਤ ਨੂੰ ਜਿਸ ਤਰੀਕੇ ਨਾਲ ਤੁਸੀਂ ਸਮਝਿਆ ਕਿ ਇਹਨਾਂ ਨੇ ਗਲਤ ਕੰਮ ਕੀਤੇ ਆ, ਬੇਅਦਬੀ ਮਾਮਲਿਆਂ ਤੋਂ ਬਾਅਦ ਠੀਕ ਫੈਸਲੇ ਨਹੀਂ ਲਏ ਔਰ ਤੁਸੀਂ ਪੀੜਦਾਇਕ ਸੀ 2017 ਦੇ ਵਿੱਚ ਵੱਡੀ ਹਾਰ ਤੋਂ ਬਾਅਦ ਮਹਿਸੂਸ ਕਰਦੇ ਹੋ, ਫਿਰ ਘੱਟੋ ਘੱਟ ਆਪਣੀ ਸਥਿਤੀ ਸਪਸ਼ਟ ਕਰ ਦਿਓ। ਉਹ ਸਾਰੇ ਨੁਕਤੇ ਦਰਜਾ ਬਦਰਜਾ 1-2 ਕਰਕੇ ਮੀਡੀਆ ਦੇ ਸਾਹਮਣੇ ਰੱਖ ਦਿਓ। ਚਲੋ ਨਹੀਂ ਦੇ ਜਾਣਾ ਮੀਡੀਆ ਦੇ ਸਾਹਮਣੇ ਤਾਂ ਇੱਕ ਲੰਬੀ ਕੋ 2-4 ਸਫ਼ਿਆਂ ਦੇ ਪੱਤਰ ਦੇ ਵਿੱਚ ਹੀ ਲਿਖ ਦਿਓ ਕਿ ਆਹ ਮਤਭੇਦ ਜਿਨ੍ਹਾਂ ਦੇ ਚੱਲਦਿਆਂ ਮੇਰਾ ਅਕਾਲੀ ਦਲ ਨਾਲ ਹੁਣ ਨਾਤਾ ਨਹੀਂ ਰਿਹਾ, ਅਤੇ ਆਪਣੀ ਅਗਲੀ ਲਾਈਨ ਵੀ ਖਿੱਚ ਦਿਓ ਤਾਂ ਕਿ ਪੰਜਾਬੀ ਫੈਸਲਾ ਕਰਨ ਲੱਗੇ ਦੁਬਧਾ 'ਚ ਨਾ ਆਉਣ ਕਿ ਢੀਂਡਸਾ ਸਾਹਿਬ ਕਿੱਥੇ ਖੜ੍ਹੇ ਨੇ। ਮੈਂ ਅਗਲਾ ਸਵਾਲ ਢੀਂਡਸਾ ਸਾਹਿਬ ਨੂੰ ਹੋਰ ਕਰ ਰਿਹਾ ਜੀ ਕਿ ਗੱਲ 2008 ਨਾਲ ਖਤਮ ਨਹੀਂ ਹੁੰਦੀ। ਸਾਲ 2009 ਸਿੱਖ ਧਰਮ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਐਸਾ ਸਾਲ ਹੈ ਜਦੋਂ ਲੋਕ ਸਭਾ ਦੀ ਚੋਣ ਆਉਂਦੀ ਹੈ, ਨਰਿੰਦਰ ਮੋਦੀ ਨੂੰ ਭਵਿੱਖ ਦਾ ਪ੍ਰਧਾਨ ਮੰਤਰੀ ਵਜੋਂ ਲਿਆ ਕੇ ਸਿਆਸਤ ਵਿੱਚ ਉਤਾਰਿਆ ਜਾਂਦਾ। ਉਸ ਵੇਲੇ ਜੋ ਪੰਜਾਬ ਦੀ ਅਤੇ ਖਾਸ ਕਰਕੇ ਅਕਾਲੀ ਦਲ ਦੀ ਸਿਆਸਤ ਦਾ ਜੋ ਚਿਹਰਾ ਸਾਹਮਣੇ ਆਉਂਦਾ ਉਹ ਇਹ 2009 'ਚ ਨਰਿੰਦਰ ਮੋਦੀ ਨੂੰ ਨਹੀਂ ਲਿਆ ਜਾਂਦਾ, 2009 ਦੇ ਵਿੱਚ ਚਿਹਰਾ ਜਿਹੜਾ ਸੀ ਅਡਵਾਨੀ ਨੂੰ ਬਣਾਇਆ ਗਿਆ ਸੀ, ਤੁਹਾਨੂੰ ਯਾਦ ਹੋਵੇ। ਨਰਿੰਦਰ ਮੋਦੀ 2014 'ਚ ਆ ਰਿਹਾ, ਠੀਕ ਹੈ, ਹੁਣ 2014 'ਚ ਜੀ ਉਸ ਵੇਲੇ ਅਕਾਲੀ ਦਲ ਨੇ ਜਿਹੜੇ ਆਪਣੀਆਂ ਸਟੇਜਾਂ ਲਾਈਆਂ ਜੀ, ਜਿਹੜਾ ਆਪਣਾ ਚੋਣ ਪ੍ਰਚਾਰ ਕੀਤਾ ਉਹਦੇ ਵਿੱਚ ਕਿਧਰੇ ਵੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਸਾਹਮਣੇ ਨਹੀਂ ਸੀ ਜੀ, ਕਿਧਰੇ ਵੀ ਕਿਸੇ ਕਦਾਵਰ ਅਕਾਲੀ ਆਗੂ ਦੀ ਤਸਵੀਰ ਸਾਹਮਣੇ ਨਹੀਂ ਸੀ ਜੀ, ਕੇਵਲ ਤੇ ਕੇਵਲ ਕਮਲ ਦਾ ਫੁੱਲ ਸੀ ਤੇ ਨਰਿੰਦਰ ਮੋਦੀ ਸੀ ਜੀ। ਢੀਂਡਸਾ ਸਾਹਿਬ ਸੱਤਾ ਲਈ ਭਾਈਵਾੜੀ ਤੇ ਪ੍ਰਵਾਨ ਆ, ਤੁਹਾਡੀ ਹੋ ਸਕਦੀ ਆ, ਇਹ 'ਚ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸੱਤਾ ਲਈ ਕਿਸੇ ਨਾਲ ਭਾਈਵਾਲੀ ਕੀਤੀ ਜੀ, ਲੇਕਿਨ ਇਹ ਗੱਲ ਹਮੇਸ਼ਾ ਪੰਜਾਬੀਆਂ ਅਤੇ ਸਿੱਖਾਂ ਨੂੰ ਰੜਕਦੀ ਰਹੀ ਹੈ ਕਿ ਜਿਹੜੀ ਪਾਰਟੀ ਸਿੱਖਾਂ ਨੂੰ ਉਹਨਾਂ ਦੀ ਵੱਖਰੀ ਹੋਂਦ ਹਸਤੀ ਵਾਸਤੇ ਨਹੀਂ ਜਾਣਦੀ, ਤੁਸੀਂ ਉਹਨਾਂ ਨਾਲ ਭਾਈਵਾਲੀ ਕੀਤੀ, ਲੇਕਿਨ ਤੁਸੀਂ ਕਦੀ ਇਹ ਆਪਣਾ ਜਿਹੜੀ ਸ਼ੰਕਾ ਜਾਂ ਲੋਕਾਂ ਦੇ ਨਾਲ ਤੁਸੀਂ ਕਦੇ ਖੜ੍ਹੇ ਨਹੀਂ ਹੋਏ। ਹੁਣ ਜਦੋਂ ਤੁਸੀਂ ਸਭ ਕੁਝ ਕਰ ਲਿਆ, ਗਵਾ ਵੀ ਲਿਆ, ਤੁਸੀਂ ਸਭ ਕੁਝ ਕਰ ਲਿਆ, ਉਹਦੇ ਤੋਂ ਬਾਅਦ ਤੁਸੀਂ ਕੀ ਕੀਤਾ? ਕਦੇ ਤੁਸੀਂ ਸਵਾਲ ਉਠਾਇਆ? ਹਰਗਿਜ਼ ਨਹੀਂ। ਕਦੇ ਤੁਸੀਂ ਇਹ ਦੱਸਣਾ ਚਾਹਿਆ ਕਿ ਅਕਾਲੀ ਦਲ ਨੇ ਆਪਣਾ ਚੋਣ ਨਿਸ਼ਾਨ ਤੱਕੜੀ ਕਿਉਂ ਛੱਡ ਦਿੱਤਾ ਉਸ ਵੇਲੇ? ਬਿਲਕੁਲ। ਉਹਦੇ ਤੋਂ ਬਾਅਦ ਜਦੋਂ ਤੁਹਾਡੇ ਸਾਹਮਣੇ ਆਉਂਦਾ ਪਿਆ, ਤੱਕੜੀ ਚੋਣ ਨਿਸ਼ਾਨ ਛੱਡਿਆ ਨਹੀਂ ਗਿਆ, ਸਿਰਫ ਪ੍ਰਚਾਰਿਆ ਨਹੀਂ ਗਿਆ, ਪਰ ਇਲੈਕਸ਼ਨ ਜਿਹੜੇ ਅਕਾਲੀ ਕੈਂਡੀਡੇਟ ਆ ਉਹ ਤੱਕੜੀ ਦੇ ਨਿਸ਼ਾਨ ਤੇ ਲੜਦੇ ਆ। ਜਦੋਂ ਤੁਸੀਂ ਆਪਣੇ ਮੁੱਖ ਸਮਾਗਮ ਤੁਸੀਂ ਕਰ ਰਹੇ ਹੋ, ਤੁਹਾਡੀ ਉਸ ਸਟੇਜ ਦੇ ਉੱਤੇ ਤੇ ਤੱਕੜੀ ਚੋਣ ਨਿਸ਼ਾਨ ਜ਼ਰੂਰ। ਮੇਰਾ ਮਤਲਬ ਹੈ ਕਿ ਕਿਸੇ ਕਾਰਨ ਕਰਕੇ ਵੀ ਕਿਸੇ ਹੋਰ ਬੰਦੇ ਦੇ ਮਨ 'ਚ ਦੁਬਧਾ ਨਾ ਪਵੇ, ਅਸੀਂ ਢੀਂਡਸਾ ਸਾਹਿਬ ਨੂੰ ਦੁਬਧਾ 'ਚੋਂ ਨਿਕਲਣ ਲਈ ਕਹਿ ਰਹੇ ਹਾਂ। ਨਹੀਂ, ਉਹ ਅਸੀਂ ਦੁਬਧਾ 'ਚੋਂ ਕੱਢਣ ਲੱਗੇ ਨਾ ਜੀ, ਲੇਕਿਨ ਗੱਲ ਹੈ ਢੀਂਡਸਾ ਸਾਹਿਬ ਇੱਕ ਸਵਾਲ ਦਾ ਹੋਰ ਜਵਾਬ ਜ਼ਰੂਰ ਦਿਓ ਕਿ ਜਦੋਂ 2014 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਬਣਾ ਲਿਆ ਜਾਂਦਾ ਹੈ ਮੰਤਰੀ ਜੀ, ਅਤੇ ਉਸ ਵੇਲੇ ਸਾਨੂੰ ਯਾਦ ਹੈ ਕਿ ਅਕਾਲੀ ਦਲ ਨੇ ਬਹੁਤ ਜ਼ਿਆਦਾ ਇਹ ਪ੍ਰਚਾਰਿਆ ਕਿ ਕਿਹੜੇ ਕਿਹੜੇ ਸਵਾਲ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਨੇ ਉਠਾਏ ਨੇ ਜੀ, ਔਰ ਬਕਾਇਦਾ ਉਹਨਾਂ ਨੂੰ ਅਖਬਾਰਾਂ ਦੇ ਵਿੱਚ ਵਿਸ਼ੇਸ਼ ਜਗ੍ਹਾ ਦਵਾਈ ਜਾਂਦੀ ਸੀ ਜੀ, ਪੂਰਾ ਜ਼ੋਰ ਲਾਇਆ ਗਿਆ। ਉਸ ਵੇਲੇ ਮੈਨੂੰ ਨਿੱਜੀ ਤੌਰ 'ਤੇ ਯਾਦ ਹੈ ਕਿ ਡਾਕਟਰ ਰਤਨ ਸਿੰਘ ਅਜਨਾਲਾ ਜੀ ਇੱਕ ਮੌਕੇ ਇੱਕ ਸੀਨੀਅਰ ਅਕਾਲੀ ਨੇਤਾ ਜਿਹੜੇ ਕਿ ਅੱਜ ਕੱਲ੍ਹ ਇਸ ਸੰਸਾਰ ਵਿੱਚ ਨਹੀਂ ਹੈ, ਉਹਨਾਂ ਦੇ ਨਾਲ ਮਨਜੀਤ ਸਿੰਘ ਕਲਕੱਤਾ, ਹਾਂ ਅੱਛਾ ਮਨਜੀਤ ਸਿੰਘ, ਮਨਜੀਤ ਸਿੰਘ ਕਲਕੱਤਾ ਦੇ ਕੋਲ ਆਪਣਾ ਦੁੱਖ ਰੋਣ ਲੱਗੇ ਜੀ ਕਿ ਦੇਖੋ ਅਸੀਂ ਸਾਰੀ ਜ਼ਿੰਦਗੀ ਜਿਹੜੀ ਅਕਾਲੀ ਦਲ 'ਚ ਲਾਤੀ ਆ ਅਤੇ ਇਹ ਕੱਲ੍ਹ ਦੀ ਬੀਬੀ ਆ ਜਿਹੜੀ ਕਿ ਸਵਾਲ ਪੁੱਛ ਰਹੀ ਆ ਅਤੇ ਸਾਨੂੰ ਪੁੱਛਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਜੀ। ਢੀਂਡਸਾ ਸਾਹਿਬ ਕਿਤੇ ਤੁਹਾਡਾ ਵੀ ਦਰਦ ਕੋਈ ਐਸਾ ਡਾਕਟਰ ਰਤਨ ਸਿੰਘ ਅਜਨਾਲਾ ਵਰਗਾ ਤਾਂ ਨਹੀਂ ਸੀ? ਇੱਕ ਤਾਂ ਮੈਂ ਦਰੁਸਤ ਕਰਦਿਆਂ, ਜਿਹੜੀ ਸਰਦਾਰ ਸਾਹਿਬ ਨੇ ਸ਼ਬਦ ਵਰਤਿਆ ਉਹ ਅਸੀਂ ਕਿਸੇ ਵੀ ਔਰਤ ਲਈ ਜੀ ਉਹ ਇਸ ਤਰ੍ਹਾਂ ਨਹੀਂ ਵਰਤਣਾ ਜੀ ਜੀ, ਕਿ ਕੱਲ੍ਹ ਇਹ ਇੱਕ ਪੰਜਾਬੀ ਦੇ ਮੁਹਾਵਰੇ ਆ ਜਿਹਨਾਂ ਨੂੰ ਅਸੀਂ ਇੱਦਾਂ ਲੈ ਲੈਂਦੇ ਹਾਂ। ਸਾਡਾ ਬੀਬਾ ਹਰਸਿਮਰਤ ਪ੍ਰਤੀ ਪੂਰੀ ਤਰ੍ਹਾਂ ਸਤਿਕਾਰ ਹੈ, ਵਿਚਾਰਧਾਰਕ ਵਖਰੇਵੇਂ ਆ,
ਔਰ ਇਹ ਗੱਲ ਰਤਨ ਸਿੰਘ ਅਜਨਾਲਾ ਨੇ ਕਲਕੱਤਾ ਨੂੰ ਕਹੀ ਹੋ ਸਕਦੀ ਹੈ, ਲੇਕਿਨ ਅਸੀਂ ਇਹਨੂੰ ਇੱਦਾਂ ਨਹੀਂ ਵਰਤਾਂਗੇ। ਲੇਕਿਨ ਢੀਂਡਸਾ ਸਾਹਿਬ ਨੂੰ ਜਿਹੜਾ ਸਵਾਲ ਉਹਨਾਂ ਨੇ ਕੀਤਾ ਉਹ ਅਤ ਅਹਿਮ ਆ ਕਿ ਢੀਂਡਸਾ ਸਾਹਿਬ ਕਿਤੇ ਇਹ ਵੀ ਭੀੜ ਮਨ ਚ ਹੈ ਕਿ ਵਾਜਪਾਈ ਦੀ ਵਜ਼ਾਰਤ ਵੇਲੇ ਤੇ ਮੈਂ ਵਜ਼ੀਰ ਸੀ ਮੰਤਰੀ ਰਿਹਾ ਤੇ ਉਸ ਤੋਂ ਬਾਅਦ ਮੇਰੀ ਸੀਨੀਅਰਟੀ ਵਧਦੀ ਸੀ, ਬਾਦਲ ਪਰਿਵਾਰ ਕੋਲ ਤੇ ਪਹਿਲਾਂ ਹੀ ਬੜਾ ਕੁਝ ਸੀਗਾ ਤੇ ਫਿਰ ਜੇ ਪਰਿਵਾਰ ਕੋਲ ਉਹਦਾ ਨਾਮ ਹੀ ਹੁੰਦਾ ਤੇ ਦੂਜੀ ਗੱਲ ਇਹ ਆ ਕਿ ਪਾਰਟੀਆਂ 'ਚ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਸਭ ਤੋਂ ਸੀਨੀਅਰ ਬੰਦੇ ਨੂੰ ਜਿਹੜਾ ਆਪਣਾ ਨੁਮਾਇੰਦਾ ਚੁਣੋ। ਬਿਲਕੁਲ। ਔਰ ਜੇਕਰ ਇੱਕ ਹੋਰ ਗੱਲ ਸੀ ਸਰਦਾਰ ਸਾਹਿਬ ਜੀ, ਜੇਕਰ ਸੁਖਦੇਵ ਸਿੰਘ ਢੀਂਡਸਾ ਇਹ ਸਮਝਦੇ ਹੋਣਗੇ ਕਿ ਜੇਕਰ ਨਾ ਸੁਖਦੇਵ ਸਿੰਘ ਢੀਂਡਸਾ ਦਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਮੰਤਰਾਲਾ ਸੀ ਉਹ ਬਹੁਤ ਵੱਡਾ ਵੱਡਾ ਮੰਤਰਾਲਾ ਮਿਲਣਾ ਸੀ, ਕਿਉਂਕਿ ਪਹਿਲਾਂ ਵੀ ਵੱਡਾ ਸੀਗਾ, ਕਿਉਂਕਿ ਨਰਿੰਦਰ ਮੋਦੀ ਔਰ ਉਹਨਾਂ ਦੀ ਟੀਮ ਇਹ ਮਹਿਸੂਸ ਕਰਦੀ ਹੋਊਗੀ ਕਿ ਸੁਖਦੇਵ ਸਿੰਘ ਢੀਂਡਸੇ ਦਾ ਕੱਦ ਘਟਾਇਆ ਨਹੀਂ ਜਾ ਸਕਣਾ। ਬਿਲਕੁਲ। ਸੋ ਅਕਾਲੀ ਦਲ ਨੂੰ ਤੇ ਪੰਜਾਬ ਨੂੰ ਇਹਦਾ ਫਾਇਦਾ ਹੋਣਾ ਸੀ, ਲੇਕਿਨ ਜੇ ਢੀਂਡਸਾ ਸਾਹਿਬ ਇਹ ਸਾਰੇ ਸਵਾਲ ਤੁਹਾਡੇ ਮਨ 'ਚ ਉੱਠਦੇ ਆ ਹਾਂ ਤੇ ਮਨ 'ਚ ਖੁੱਲ੍ਹਾ ਕਿਸੇ ਦਿਨ ਆਓ। ਔਰ ਢੀਂਡਸਾ ਸਾਹਿਬ ਸਵਾਲ ਇੱਕ ਹੋਰ ਵੀ ਆ ਕਿ 2016 ਤੋਂ ਤੁਸੀਂ ਰਾਜ ਸਭਾ ਲਈ ਹੋ, ਮੈਂਬਰ ਰਾਜ ਸਭਾ ਹੋ, ਕਿਸ ਦਲ ਦੀ ਟਿਕਟ 'ਤੇ ਹੋ? ਸ਼੍ਰੋਮਣੀ ਅਕਾਲੀ ਅਕਾਲੀਆਂ ਨੇ ਬਾਦਲ ਅਕਾਲੀ ਦਲ ਦੇ ਖਾਤੇ 'ਚੋਂ, ਔਰ ਅਜੇ ਵੀ ਤੁਹਾਡੀ ਉਹ ਜਿਹੜੀ ਟਰਮ ਹੈ ਟਨਿਓਰ ਹੈ ਜਿਹੜਾ ਸਮਾਂ ਤੁਹਾਡਾ ਅਜੇ 2 ਸਾਲ ਪਿਆ, 2 ਸਾਲ ਪਿਆ ਜੇ, 2-3 ਹੀ ਕਹੋਗੇ ਫਿਲਹਾਲ ਅਸੀਂ 6 ਸਾਲ ਛੱਡਣਾ, 6 ਸਾਲ ਦਾ ਪੀਰੀਅਡ। ਲੇਕਿਨ ਤੁਸੀਂ 2018 ਦੇ ਵਿੱਚ ਅਚਨਚੇਤ ਹੀ ਇਹ ਕਹਿੰਦੇ ਹੋ ਕਿ ਮੈਂ ਅਕਾਲੀ ਦਲ ਦੇ ਸਾਰੇ ਅਹੁਦੇ ਜਿਹੜੇ ਸਿਹਤ ਦੇ ਆਧਾਰ 'ਤੇ ਛੱਡ ਰਿਹਾ ਜੀ, ਲੇਕਿਨ ਉਸ ਤੋਂ ਬਾਅਦ ਤੁਹਾਨੂੰ ਬੜੀ ਜਲਦੀ ਪਦਮ ਭੂਸ਼ਣ ਦਾ ਖਿਤਾਬ ਦਿੱਤਾ ਜਾਂਦਾ ਹੈ। ਦੇਖੋ ਉਹ ਤੇ ਉਹਨਾਂ ਦੀਆਂ ਪ੍ਰਾਪਤੀਆਂ, ਢੀਂਡਸਾ ਸਾਹਿਬ ਕਹਿਣਗੇ ਮਾਫ ਕਰਨਾ, ਲੇਕਿਨ ਲੋਕ ਇਹਨੂੰ ਜੋੜ ਕੇ ਦੇਖ ਰਿਹਾ ਕਿ ਇਹ ਕਿਹੜੇ ਪੋਲਿਟਿਕਸ ਦਾ ਹਿੱਸਾ ਹੈ ਕਿ ਤੁਸੀਂ ਉਸ ਭਾਈਵਾਲ ਪਾਰਟੀ ਨਾਲ ਖੜੇ ਹੋ ਜਿਹੜੀ ਭਾਈਵਾਲ ਪਾਰਟੀ ਨੂੰ ਤੁਸੀਂ ਛੱਡ ਰਹੇ ਹੋ, ਤੁਸੀਂ ਅਕਾਲੀ ਦਲ ਛੱਡ ਰਹੇ ਹੋ ਲੇਕਿਨ ਅਕਾਲੀ ਦਲ ਦਾ ਭਾਈਵਾਲ ਤੁਹਾਨੂੰ ਸਨਮਾਨਿਤ ਕਰ ਰਿਹਾ, ਫਿਰ ਇਹ ਗੋਟੀਆਂ ਕਿੱਥੇ ਕਿੱਥੇ ਫਿੱਟ ਆ।